ਅਸਲਾਮ ਵਾਲੇਕੁਮ ਨਾਜ਼ਰੀਨ, ਸ਼ਾਦੀਆ ਸ਼ਿਵਾਬ ਦੇ ਚੈਨਲ 'ਤੇ ਹਾਜ਼ਰ ਹਾਂ। ਅਤੇ ਅੱਜ ਅਸੀਂ ਜਿਹੜਾ ਨਾ ਅਸੀਂ ਸੂਚੀ ਇਸਤੇਮਾਲ ਕਰ ਰਹੇ ਹੈਗੇ ਹਾਂ, ਅਤੇ ਅੱਜ ਜਿਹੜਾ ਨਾ ਬੱਚਿਆਂ ਨੂੰ ਖੁਆਇਸ਼ੀ ਹੈਗੀ, ਅਤੇ ਨਾਲੇ ਬੱਚਿਆਂ ਦੇ ਜਿਹੜੇ ਤਾਏ ਨੇ ਹੈਗੇ ਉਹਨਾਂ ਨੂੰ ਵੀ ਖੁਆਇਸ਼ੀ ਕਿ ਜਿਹੜਾ ਨਾ ਕੋਈ ਆਪਣੇ ਸਾਡਾ ਜਿਹੜਾ ਨਾ ਆਪਣੇ ਚਾਵਲ ਪਕਾ ਕੇ ਆਪਣੇ ਕੋਈ ਸਾਡੀ ਦਾਵਤ ਕਰੋ, ਕੋਈ ਸਾਨੂੰ ਆਪਣੇ ਜਿਹੜਾ ਕੋਈ ਪੁੱਛੋ ਵੀ ਕੋਈ ਚੀਜ਼ ਬਣਾ ਦਿਓ ਜਾਂ ਕੋਈ ਮਿੱਠੀ ਚੀਜ਼ ਬਣਾ ਦਿਓ, ਅਤੇ ਅਸੀਂ ਅੱਜ ਜਿਹੜਾ ਨਾ ਅਦੇ ਆਪਣੇ ਪਕਾਉਣ ਲੱਗੇ ਹੈ ਚਨਿਆਂ ਲਈ ਆਪਣੇ, ਅਤੇ ਅਦੇ ਲੋ ਤੁਹਾਡੇ ਸਾਹਮਣੇ ਅੰਕਲ ਬੈਠੇ ਹੋਏ ਨੇ ਆਪਣੇ। ਅੰਕਲ ਕੀ ਕਹਿਣਾ ਕਿ ਦੇਖ ਲਓ ਕਿ ਮੈਂ ਵੀ ਬਾਬਾ ਅਤੇ ਉਹ ਵੀ ਬਾਬੇ ਹੀ ਹੈਗੇ ਨੇ, ਇੱਕ ਹੀ ਉਮਰ ਹੈਗੀ ਹੈ, ਬਹੁਤ ਹੀ ਜ਼ਿਆਦਾ ਨਹੀਂ ਫਰਕ ਹੈਗਾ। ਅਤੇ ਆਹ ਦੇਖ ਲਓ ਤੁਹਾਡੇ ਸਾਹਮਣੇ ਹੈ ਕਿੱਦਾਂ ਸਫਾਈ ਸੁਥਰਾਈ ਨਾਲ ਸਾਰਾ ਕੰਮ ਹੁੰਦਾ ਹੈ, ਸਾਰੇ ਮਸਾਲੇ ਪਏ ਨੇ, ਪਿਆਜ਼ ਵੀ ਇਕੱਠੇ ਪਏ ਨੇ ਹੈਗੇ, ਉਹ ਪੱਲੇ ਪਾ ਕੇ ਅਸੀਂ ਉਹ ਲੱਕੜਾਂ ਰੱਖੀਆਂ ਨੇ, ਫੋਨ 'ਤੇ ਆਵੇ ਉਹ ਸਾਈਕਲ ਖੜੀ ਹੈਗੀ ਹੈ, ਅਤੇ ਉਹ ਦੇਖਦੇ ਆਉਂਦੇ ਇੰਤਜ਼ਾਰ ਕਰ ਰਿਹਾ, ਉਹ ਕਿਹੜਾ ਪਿਆ ਵੀ ਹੈਗਾ ਉਹ ਕਿਹੜਾ ਵੀ ਦਿਖਾ ਦਿਓ ਆਪਣੇ, ਕਿਹੜਾ ਕਿ ਚੁੱਲ੍ਹਾ ਆ ਦਿਓ ਉਹਦੇ ਉੱਤੇ ਆਪਣੇ ਦੇਗ ਰੱਖ ਕੇ ਪਕਾਉਣੀ ਹੈਗੀ ਹੈ, ਅਤੇ ਬਾਕੀ ਜਿਹੜਾ ਅਸੀਂ ਦਿਖਾਉਣਾ ਬਾਹਰ ਦੇਖੋ ਨਾਜ਼ਰੀਨ ਨੇ ਮਸਾਲੇ ਸਾਰੇ ਇੱਕ ਜਗ੍ਹਾ ਤੇ ਇਕੱਠੇ ਕੀਤੇ ਜਾ ਰਹੇ ਨੇ, ਤਾਂ ਕਿ ਇੱਕੋ ਵਾਰੀ ਇਸ ਰਾਤ ਨੂੰ ਜਿਹੜਾ ਇਹਨਾਂ ਮਸਾਲਿਆਂ ਸਮੇਤ ਉੱਥੇ ਦੇਗ ਦੇ ਵਿੱਚ ਪਾਣਾ, ਪਿਆਜ਼ ਪਾ ਦਿੱਤਾ ਦੇਗ, ਪਿਆਜ਼ ਬਰੋਨ ਹੋ ਰਿਹਾ, ਦੇਖੋ ਚਨਿਆਂ ਦਾ ਪਾਣੀ ਕੱਢ ਲਿਆ, ਚਾਵਲ ਧੱਸ ਰਹੇ ਨੇ, ਅਤੇ ਉੱਧਰ ਮੈਂ ਤੁਹਾਨੂੰ ਦੇਖ ਦਿਖਾਉਂਦੀ ਨਾ ਜੀ, ਤੁਸੀਂ ਦੇਖ ਰਹੇ ਹੋ ਕਿ ਦੇਵ ਸਾਹਿਬ ਆਪਣੇ ਜਿਹੜੇ ਨੇ ਨਾ ਉਹ ਚਾਵਲ ਜਿਹੜੇ ਪਾਏ ਨਾ ਉਹਦੇ ਅਸੀਂ ਲਿਆਉਂਦੇ ਸੀ, ਸਾਨੂੰ ਉਹ ਪੰਜ ਮਿੰਟ ਸਫਾਈ ਹੋ ਰਹੀ ਹੈ, ਉਹ ਤੁਹਾਨੂੰ ਦਿਖਾ ਰਹੇ ਹਾਂ, ਇੱਧਰ ਚਨੇ ਵੀ ਆ ਦੇਖੋ ਸਾਫ਼ ਸੁਥਰਾ ਕੰਮ ਹੋਇਆ, ਹਰੇਕ ਕਿਸੇ ਕਿਸਮ ਦੀ ਵੀ ਆਪਣੇ ਗਲਤੀ ਦੀ ਗੁਜਾਇਸ਼ ਹੈ ਹੀ ਕੋਈ ਨਹੀਂ ਹੈਗੀ, ਅਤੇ ਖਾਣ ਵਾਲੀ ਚੀਜ਼ ਹੈਗੀ ਹੈ, ਅਤੇ ਔਰ ਮਾਸ਼ਾਅੱਲਾ ਬੜੀ ਸਫਾਈ ਦੇ ਨਾਲ ਆਪਣੇ ਤਿਆਰ ਹੋ ਰਹੀ ਹੈਗੀ ਹੈ, ਅਤੇ ਗਰਮੀ ਵੀ ਬੜੀ ਪੈ ਰਹੀ ਹੈਗੀ ਹੈ। ਹਾਂਜੀ, ਅੱਜ ਬਹੁਤ ਗਰਮੀ ਹੈ, ਧੁੱਪ ਦੇਖੋ ਕਿੰਨੀ ਕੜਾਕੇ ਦੀ, ਦੇਗ ਦੀ ਆਵਾਜ਼ ਵੀ ਤੁਹਾਨੂੰ ਸੁਣਾ ਦਿੱਤੀ ਹੈ, ਅਤੇ ਇਹ ਜਾਦੂ ਨਾਲ ਦੇਗ ਦੀ ਪੱਗ ਦੀ ਸੱਚੀ ਮੁੱਚੀ ਦੇਗ ਪੱਕ ਰਹੀ ਹੈ। ਨਸਰੀਨ ਦਹੀਂ ਵੀ ਪੈ ਗਿਆ ਅਤੇ ਔਰ ਬਾਕੀ ਹੋਰ ਮਸਾਲੇ ਵਗੈਰਾ ਵੀ ਪੈ ਗਏ ਨੇ, ਮੈਂ ਤੁਹਾਨੂੰ ਦੱਸਾਂਗੀ। ਹਾਂਜੀ, ਸਹੀ ਕਿ ਬਹੁਤ ਗਰਮੀ ਬਹੁਤ ਜ਼ਿਆਦਾ, ਦੇਖੋ ਦੇਖਦਾ ਹੁਣ ਦਮ ਟੁੱਟ ਲਿਆ ਚਾਵਲ, ਮਾਸ਼ਾਅੱਲਾ।